ਸਾਸ੍ਰੀਕਾਲ ਜੀ ਇਹ ਮੇਰੀ ਘਰ ਵਾਲੀ ਆ ਤੇ ਇੱਕ ਤਾਂ ਸੋਹਣੀ ਬਹੁਤ ਆ ਤੇ ਦੂਜੀ ਸਿਫਤ ਤਾਂ ਕਿ ਚਾਹ ਬੜੀ ਘੈਂਟ ਬਣਾਉਂਦੀ ਆ ਸਰ੍ਹੇ ਲਾ ਦਿੰਦੀ ਆ ਸਿੰਘ ਫੈਮ ਯੂਟਿਊਬਰ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋ ਜੋ ਕਿ ਸੋਸ਼ਲ ਮੀਡੀਆ ਤੇ ਫਨੀ ਵੀਡੀਓਸ ਪਾ ਕੇ ਸਾਰਿਆਂ ਨੂੰ ਐਂਟਰਟੇਨ ਕਰਦੇ ਸੀ ਪਰ ਕਾਫੀ ਦਿਨਾਂ ਤੋਂ ਇਹ ਗੱਲ ਵਾਇਰਲ ਹੋ ਰਹੀ ਹੈ ਕਿ ਸਿੰਘ ਫੈਮ ਯੂਟਿਊਬਰ ਕਪਲ ਦਾ ਡਿਵੋਰਸ ਹੋ ਚੁੱਕਿਆ ਹੈ ਅਤੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਸਾਰੇ ਅਕਾਊਂਟਸ ਡਿਲੀਟ ਕਰ ਦਿੱਤੇ ਨੇ ਸੋਸ਼ਲ ਮੀਡੀਆ ਤੋਂ ਅਚਾਨਕ ਗਾਇਬ ਹੋਏ ਇਨ੍ਹਾਂ ਕਪਲਸ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਫੈਲਾਈਆਂ ਜਾ ਰਹੀਆਂ ਨੇ ਕੋਈ ਕਹਿ ਰਿਹਾ ਹੈ ਕਿ ਦੀਕਸ਼ਾ ਦੇ ਘਰ ਪਹਿਲਾ ਕੁੜੀ ਹੋਈ ਸੀ ਪਰ ਉਹਦਾ ਸਹੁਰਾ ਪਰਿਵਾਰ ਚਾਹੁੰਦਾ ਸੀ ਕਿ ਮੁੰਡਾ ਹੋਵੇ ਬਾਅਦ ਵਿੱਚ ਦੀਕਸ਼ਾ ਦੇ ਘਰੇ ਮੁੰਡੇ ਨੇ ਜਨਮ ਲਿਆ ਅਤੇ ਇਹ ਗੱਲ ਇੱਥੇ ਖਤਮ ਹੋ ਗਈ ਪਰ ਇਸ ਤੋਂ ਇਲਾਵਾ ਦੀਕਸ਼ਾ ਬਾਰੇ ਇਹ ਗੱਲ ਵੀ ਫੈਲਾਈ ਜਾ ਰਹੀ ਹੈ ਕਿ ਉਹ ਕਿਸੇ ਵਿਅਕਤੀ ਨਾਲ ਭੱਜ ਗਈ ਪੇਜਾਂ ਵਾਲਿਆਂ ਵੱਲੋਂ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਖਬਰਾਂ ਬਣਾ ਕੇ ਵਾਇਰਲ ਕੀਤੀਆਂ ਜਾ ਰਹੀਆਂ ਨੇ ਪਰ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਪਹਿਲਾਂ ਸਾਰਾ ਕੁਝ ਕਲੀਅਰ ਕਰਨ ਅਤੇ ਫਿਰ ਹੀ ਕੋਈ ਨਿਊਜ਼ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕਰਨ ਬਾਕੀ ਤੁਸੀਂ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਓ ਜਿਹੜੇ ਚੈਨਲ ਤੇ ਨਵੇਂ ਨੇ ਉਹ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ